ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅੱਲਾਹ ਤਾਲਾ ਕੇ ਫਜ਼ਲ ਕਰਮ ਰਹਿਮਤ ਕੇ ਸਾਥ ਅੱਜ ਕੱਲ੍ਹ ਬਲੌਗ ਸ਼ੁਰੂ ਕਰਦੇ ਲੋਹੀ ਪਿਆਰੇ ਦੋਸਤੋ ਮੰਡੀ ਦੇ ਜਾਬਾਂ ਆਏ ਸੀ ਸਬਜ਼ੀ ਵੀ ਲਿਆ ਹੋਵੇ ਫਰੂਟ ਵੀ ਲਿਆ ਹੋਵੇ ਤਾਂ ਹੁਣ ਫਿਲਹਾਲ ਆਪਾਂ ਜਾਣਾ ਘਰ ਜਾ ਕੇ ਨਾਸ਼ਤਾ ਕਰਨਾ ਭੋਲਾ ਛੇ ਵਾਲਾ ਉਹ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਇੱਕ ਦੋ ਕੰਮ ਹੋਣਗੇ ਫਿਰ ਆਪਾਂ ਉਹ ਕੰਮ ਕਰ ਲਵਾਂਗੇ ਪਹਿਲੇ ਨਾਸ਼ਤਾ ਕਰੀਏ ਘਰ ਜਾ ਚਾਂਦ ਬੈਕਰੀ ਤੋਂ ਲਈਏ ਰਸ ਅਤੇ ਕੇਕ ਲੈ ਕੇ ਨਾ ਆਪਾਂ ਚਲੀਏ ਘਰ ਅਰੇ ਦੋਸਤੋ 200 ਦੇ ਕੇਕ ਰਸ ਅਤੇ 200 ਦੇ ਰਸ 400 ਰੁਪਇਆ ਸੁਬਹਾ ਸੁਬਹਾ ਲੱਗ ਗਿਆ ਇਹ ਲੱਗਣਾ ਹੀ ਲੱਗਣਾ ਸੀ ਰਾਤ ਮਾਮਾ ਨੇ ਕਿਹਾ ਸੀ ਲੈ ਕੇ ਆ ਤੋ ਹੁਣ ਆਪਾਂ ਲੈ ਨਾਸ਼ਤਾ ਬਣਾਇਆ ਨਹੀਂ ਅੱਛਾ ਮੈਂ ਲੇਟ ਹੋ ਗਿਆ ਲੋ ਜੀ ਪਿਆਰੇ ਦੋਸਤੋ ਮਾਸ਼ਾ ਅੱਲਾਹ ਨਾਸ਼ਤਾ ਜਿਹਨੇ ਫੁੱਲ ਅੱਛੇ ਵਾਲਾ ਪਾਇਆ ਦੇ ਨਾਲ ਮਾਸ਼ਾ ਅੱਲਾਹ ਪਿਆਰੇ ਦੋਸਤੋ ਸਮਾਨ ਛੱਪੀ ਨੇ ਨਾਸ਼ਤਾ ਕਰ ਲਿਆ ਫੁੱਲ ਅੱਛੇ ਵਾਲਾ ਤੁਸੀਂ ਜਲਦੀ ਜਾ ਕੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸ਼ੁਕਰੀਆ ਸਾਰੇ ਦੋਸਤਾਂ ਦਾ ਵੀਡੀਓ ਯਾਰ ਆਪਣੀ ਉਹਦੀ ਕੋਈ ਖਾਸ ਹੋਈ ਨਹੀਂ ਹੁੰਦੀ ਹੈ ਕੀ ਕਰ ਸਕਦੇ ਕੰਮ ਕਰਨਾ ਹੁੰਦਾ ਇਸੇ ਸ਼ਹਿਰ 'ਚ ਹੀ ਰਹਿਣਾ ਹੁੰਦਾ ਸ਼ਹਿਰੋਂ ਬਾਹਰ ਜਾਈਏ ਵਲੋਗ ਬਣਦਾ ਵਾ ਅੱਛੇ ਵਾਲਾ ਪਰ ਕੰਟੈਂਟ ਨਹੀਂ ਹੈ ਆਪਣੇ ਕੋਲ ਫਿਰ ਵੀ ਲੱਗੇ ਹੋਏ ਜਿਸ ਤਰ੍ਹਾਂ ਵੀ ਕਿਸ ਤਰ੍ਹਾਂ ਤੁਹਾਡੀ ਦੁਆ ਦੇ ਨਾਲ ਤੁਹਾਡੀ ਮੁਹੱਬਤ ਦੇ ਨਾਲ ਵਿਊ ਤਾਂ ਆਪਣੇ ਜਿਹੜੇ ਆਉਂਦੇ ਜਾਂਦੇ ਉਹ ਥੋੜ੍ਹੇ ਜਿਹੇ ਵਿਊ ਹੁੰਦੇ ਉਹ ਇਹ ਨੇ ਇਨਸ਼ਾਅੱਲਾ ਅੱਲਾ ਬਹੁਤ ਚੰਗੀਆਂ ਕਰੇ ਖੜਾ ਤਾਂ ਹੂਆ ਜਾਮ ਢੂੰਡ ਰਹਾ ਹੂੰ ਸੂਰਤ ਸੇ ਮੁਖਾਤਿਬ ਮੈਂ ਵੋ ਸ਼ਾਮ ਢੂੰਡ ਰਹਾ ਹੂੰ ਮੰਜ਼ਰ ਮੇਰੀ ਨਜ਼ਰ ਮੇਂ ਯੇ ਸਭ ਹਸੀਨ ਵਾਕ ਦਿ ਸਟੇਜ ਚਾਰੋਂ ਤਰਫ ਨਾਮ ਗੂੰਜ ਸੁਭਾਨ ਸ਼ਬੀਰ ਅਲਹਮਦੁਲਿਲਾ ਆਪਣੀ ਦੁਕਾਨ ਤੇ ਆ ਗਏ ਟਮਾਟਰ ਲੈ ਕੇ ਤੇ ਪਿਆਜ਼ ਲੈ ਕੇ ਤੇ ਸਿਰਫ ਇਹ ਲਾ ਲਈਏ ਬਾਕੀ ਮਾਸ਼ਾਅੱਲਾ ਸਬਜ਼ੀ ਹੋ ਜਾਣੀ ਆਪਣੀ ਮੁਕੰਮਲ ਉਹ ਤੋਂ ਬਾਅਦ ਫਿਰ ਕੇਲਾ ਲੱਗ ਜਾਣਾ ਕੇਲੇ ਦੀ ਰੇੜੀ ਆ ਜਾਣੀ ਇੱਥੇ ਮਾਸ਼ਾਅੱਲਾ ਕੇਲੇ ਲਾ ਕੇ ਕੇਲੇ ਆਪਣੇ ਕੋਲ ਆ ਕੇ ਸਿਰਫ ਆ ਗਏ ਕੇਲਾ 100 ਰੁਪਏ ਦਰਜਾ ਕੇਲਾ 150 ਰੁਪਏ ਦਰਜਾ ਪਿਛਲੇ ਦਿਨ ਆਪਾਂ ਨੇ ਦਿੱਤੇ ਹੋਏ ਸੀ ਆਪਣਾ ਪੈਂਟ ਸ਼ਰਟ ਪੈਂਟਾਂ ਦੋ ਦਿੱਤੇ ਆ ਜੀ ਇੱਕ ਸ਼ਰਟ ਦਿੱਤੀ ਹੋਈ ਸੀ ਸਹੀ ਕਰਾਉਣ ਵਾਸਤੇ ਉਹ ਯਾਦ ਹੀ ਕੋਈ ਨਹੀਂ ਲਿਆ ਉਹ ਜਾ ਕੇ ਲੈ ਆਈ ਫਾਲਸਾ ਲਗਾਟ ਦੋਨਾਂ ਦਾ ਕੀ ਰੇਟ ਆ ਉਹ ਕਿਆ ਬਾਤ ਆ ਮਾਸ਼ਾਅੱਲਾ ਭਰਾਵਾ ਦੋਸਤੋ ਫਾਲਸਾ 200 ਰੁਪਏ ਪਾਈ ਆ ਤੇ ਆਪਣੀ ਲਗਾਟ 150 ਰੁਪਏ ਪਾਈ ਆ ਕਿਆ ਬਾਤ ਆ ਮਾਸ਼ਾਅੱਲਾ 150 ਦੀ ਕਿਲੋ ਲਗਾਟ ਫਾਲਸਾ ਦੇ ਦੇ ਹੱਥ ਪਾ ਦੇ ਦੇ ਹਜੇ ਫਿਲਹਾਲ ਗੁਜ਼ਾਰਾ ਕਰਦੇ ਆ ਇੱਕ ਦੋ ਗਲਾਸ ਬਣਾਉਂਦੇ ਇਹਦੇ ਜਾ ਕੇ ਠੰਡਾ ਹੁੰਦਾ ਗਰਮ ਹੁੰਦਾ ਵਾ ਤੈਨੂੰ ਪਤਾ ਬਈ ਤੈਨੂੰ ਪਤਾ ਹੋਏਗਾ ਤੈਨੂੰ ਜ਼ਿਆਦਾ ਪਤਾ ਤੂੰ ਵੇਚਣ ਦੇ ਆ ਭਾਈ ਅਸੀਂ ਲੈਣ ਵਾਲੇ ਆ ਚੋ ਚੱਲ ਇੱਦਾਂ ਹੀ ਪਾ ਦੇ ਦੋ ਤਿੰਨ ਬੁੱਕਾ ਭਰ ਕੇ ਪਾ ਦੇ ਖੈਰ ਨਾ ਇਹ ਕਹਿੰਦਾ 100 ਦਾ 2 ਕਿਲੋ 1.5 ਕਿਲੋ ਨਹੀਂ ਕਹਿੰਦਾ ਆਇਆ ਤੂੰ ਵੀ ਚਾਪਰ ਕਹਿੰਦਾ ਆਪਣਾ ਲੈ ਕੇ ਆਉਣਾ ਤੁਸੀਂ ਬੱਕਰ ਕੋ ਪੈਸੇ ਲੈਣੇ ਬੱਚੇ ਹਾਂਜੀ ਲੈ ਜਾਂਦੇ ਨਾ ਚੈੱਕ ਕਰਦੇ ਅੱਛਾ ਰਹੇਗਾ ਤਾਂ ਫਿਰ ਆਪਾਂ ਹੋਰ ਲੈ ਜਾਂਗੇ ਇਨਸ਼ਾਅੱਲਾ ਪਿਆਰੇ ਦੋਸਤੋ ਹਰ ਸ਼ੈ ਆਪਣੇ ਠੀਕ ਹੋ ਕੇ ਲੱਗਣਾ ਲਓ ਜੀ ਪਿਆਰੇ ਦੋਸਤੋ ਪੈਂਟਾਂ ਠੀਕ ਹੋ ਗਈਆਂ ਹੈ ਭਲਾ ਕੀ ਆ ਉਹ ਕਬਾੜੀਏ ਦਾ ਕੰਮ ਕਰਦਾ ਵਾ ਦਰਜੇ ਦਾ ਕੰਮ ਵੀ ਕਰਦੇ ਆ ਤਾਂ ਕਬਾੜੀਏ ਦਾ ਕੰਮ ਦੋਨੋਂ ਕੰਮ ਹੈ ਕਿ ਮਿਕ ਫੁੱਲ ਅੱਛੇ ਵਾਲਾ ਤਾਂ ਚਲੋ ਮੈਂ ਕਿਹਾ ਹੋਰ ਵੀ ਬੰਦੇ ਹੈ ਬਾਕੀ ਇਹਨਾਂ ਨੇ ਟਾਈਮ ਬਹੁਤ ਲੈ ਜਾਣਾ ਸੀ ਦੋ ਤਿੰਨ ਦਿਨ ਐਵੇਂ ਰੱਖ ਲੈਂਦੇ ਪਈ ਸੀ ਕੰਮ ਕੋਈ ਵੀ ਨਹੀਂ ਹੁੰਦਾ ਟਾਈਮ ਕਾਫੀ ਜ਼ਾਇਆ ਕਰ ਦਿੰਦੇ ਇਹ ਬੰਦੇ ਕੋਲ ਟਾਈਮ ਨਹੀਂ ਜ਼ਾਇਆ ਹੁੰਦਾ ਜਿਹੜਾ ਟਾਈਮ ਦਿੱਤਾ ਉਸ ਟਾਈਮ 'ਤੇ ਆਣ ਕੇ ਨਾ ਤੁਸੀਂ ਲੈ ਕੇ ਜਾ ਸਕਦੇ ਜੂਸ ਬਣਾਉਣਾ ਵਾ ਫਾਲਸੇ ਦਾ ਫਿਰ ਇਹ ਚੜ੍ਹਾ ਦੇਵੇ ਜਿਹੜਾ ਮਾਣ ਕੇ ਪੀਣਾ ਕੱਪੜਾ ਆਪਣਾ ਲੱਗ ਕੇ ਛੋਟੇ ਬਾਰ ਦਾ ਚਾਹੀਦਾ ਸੀ ਵੱਡੇ ਬਾਰ ਦੇ ਵਿੱਚ ਇਹ ਮੈਂ ਉਹਨੂੰ ਪੁੱਛਿਆ ਨਹੀਂ ਸੀਗਾ ਤੋ ਚਲੋ ਹੁਣ ਜੋੜ ਲਾਉਂਦੇ ਹਾਂ ਥੋੜ੍ਹਾ ਇੱਥੋਂ ਲੈ ਕੇ ਨਾ ਦੋ ਤਿੰਨ ਗੇਠਾਂ ਅਤੇ ਫਿਰ ਉਹ ਇੱਥੇ ਤੱਕ ਆ ਜੂਗਾ ਤਾਂ ਗੱਲ ਬਣ ਜਾਏਗੀ ਇਸ ਤਰ੍ਹਾਂ ਨਹੀਂ ਗੱਲ ਬਣੀ ਆ ਜੋੜ ਲਾ ਗਈ ਹੈ ਕੋਈ ਗੱਲ ਨਹੀਂ ਆਪਾਂ ਕਰੀ ਜਿਹੜਾ ਸਮਾਨ ਲਿਆ ਫਿਰ ਆਪਾਂ ਲੈ ਕੇ ਮਾਮਾ ਨੂੰ ਕਿਹਾ ਮੈਂ ਕਿਹਾ 4 ਵਜੇ ਠਾ ਦਿਓ ਮਾਮਾ ਕਹਿੰਦੀ ਭਾਈ ਤੂੰ ਕਿਹੜਾ ਉੱਠਦਾ ਵਾ ਮੈਂ ਕਿਹਾ ਭਾਈ ਠਾ ਤਾਂ ਦਿਓ ਨਾ ਇੱਕ ਵਾਰੀ ਫਿਰ ਉੱਠ ਵੀ ਜਾਵਾਂਗੇ ਦੇਖੀ ਜਾਏਗੀ ਫਿਰ ਮਾਸ਼ਾਅੱਲਾ ਆਪਣਾ ਸ਼ਰਬਤ ਰੈਡੀ ਆ ਫੁੱਲ ਅੱਛੇ ਵਾਲਾ ਫਾਲਸੇ ਦਾ ਬਿਸਮਿਲ੍ਲਾ ਪਿਆਰੇ ਦੋਸਤੋ ਮੈਂ ਕਿਹਾ ਸੀ ਮੈਂ ਉੱਠ ਕੇ ਨਾ ਯਾਰ ਸ਼ਹਿਰੋਂ ਤਫਰੀਹ 'ਤੇ ਜਾਵਾਂਗੇ ਆਪਣੇ ਭੋਲੇ ਸਾਹਿਬ ਦੀ ਕਾਲ ਆ ਗਈ
ਕਹਿੰਦਾ ਯਾਰ ਯਾਰ ਕਿਤੇ ਨਹੀਂ ਜਾਣਾ ਹੈ ਤੂੰ ਮੇਰੀ ਦੁਕਾਨ ਤੇ ਆ, ਮੈਂ ਜਾਣਾ ਕਿਤੇ ਹੋਰ, ਸੋਚੀਦਾ ਕੁਛ ਹੋਰ ਆ, ਹੁੰਦਾ ਕੁਛ ਹੋਰ। ਚਲੋ ਕੋਈ ਗੱਲ ਨੀ, ਹੁਣ ਚੱਲਦੇ ਆ ਦੁਕਾਨ ਤੇ। ਬਾਜ਼ਾਰ ਜਿਹੜਾ ਨਾ ਭਰਿਆ ਭਰਿਆ ਹੀ ਆ, ਮਾਸ਼ਾਅੱਲਾ ਫੁੱਲ ਅੱਛੇ ਵਾਲਾ ਬਾਜ਼ਾਰ। ਮਾਸ਼ਾਅੱਲਾ ਕਿਹਦੇ ਆਪਣੇ ਲੈ ਕੇ ਸਿਰਫ ਆ ਜਿਹੜੇ ਥੋੜੇ ਜਿਹੇ, ਮੈਂ 100 ਰੁਪਏ ਦਰਜਨ ਤੇ 120 ਦਾ ਦਰਜਨ ਫੁੱਲ ਅੱਛੇ ਵਾਲਾ ਸਮਾਨ ਛਪੀ ਇਹਨਾਂ ਨਾਲ ਰੇੜੀ ਤੇ ਆ ਗਿਆ ਵਾ। ਤੇ ਉਧਰ ਬੱਕਰ ਸਾਹਿਬ ਇਹਨਾਂ ਨਾਲ ਦੁਕਾਨ ਤੇ ਚਲੇ ਗਏ ਹੋਏ ਆ। ਬੱਕਰ ਸਾਹਿਬ ਹੁਣ ਉੱਥੇ ਜਾ, ਮੈਂ ਇੱਥੇ ਬਹਿਣਾ ਰੇੜੀ ਤੇ। ਇਹ ਹੈਗਾ ਆਪਣਾ ਦੋਸਤ, ਨਾਮ ਇਹਨੂੰ ਕੋਈ ਪਤਾ ਨਹੀਂ ਹੈ, ਆਪਣਾ ਨਾਮ ਕੀ ਨਾਮ ਯਾਦ ਕੀਤਾ, ਕੀ ਨਾਮ ਆ? ਨਹੀਂ ਯਾਦ ਕੀਤਾ ਹੋਣਾ, ਕੀ ਨਾਮ ਆ ਤੇਰਾ? ਹੈਂ ਜੀਨਸ ਯੂਨਸ? ਓ ਕਿਆ ਬਾਤ ਆ, ਮਾਸ਼ਾਅੱਲਾ ਤੂੰ ਉਦਣ ਕਿਹਾ ਸੀ ਮੇਰਾ ਨਾਮ ਹੀ ਨਹੀਂ ਹੈ, ਅੱਜ ਤੂੰ ਕਹਿੰਦਾ ਮੇਰਾ ਨਾਮ ਯੂਨਸ ਆ। ਮਾਸ਼ਾਅੱਲਾ ਐਡਾ ਸੋਹਣਾ ਨਾਮ, ਪਿਆਰਾ ਨਾਮ। ਮੈਂ ਆਪਣੇ ਬਾਬਾ ਨੂੰ ਜਾ ਕੇ ਕਹਿਣਾ ਇੱਕ ਕੱਪ ਚਾਏ ਦੇ ਦਿਓ ਸਮਾਨ ਛਬੀਰ ਕਹਿੰਦਾ ਵਾ। ਠੀਕ ਹੋ ਗਏ, ਕਹਿਣਾ ਸੀ ਅੱਛੇ ਵਾਲੀ ਚਾਏ ਦੇਣੀ ਆ, ਆਇਆ ਰਹਿਣ ਦੇ ਹੁਣ ਨਾ ਜਾਏ। ਬਸ ਠੀਕ ਹੋ ਗਿਆ, ਕਹਿੰਦਾ ਨਾ ਆਪ ਹੀ ਬਣਾ ਦੇਣਗੇ ਅੱਛੇ ਵਾਲੀ ਚਾਏ। ਆਪਣਾ ਦੋਸਤ ਹੈ ਨਾ ਤੂੰ, ਪੱਕਾ ਦੋਸਤ। ਹਾਂ ਜੀ, ਸ਼ਹਿਜ਼ਾਦਾ ਲੱਗਾ ਤੂੰ। ਕੇਲੇ ਕੁਲੇ ਖਾ ਲਏ ਆ? ਕਿੰਨੇ ਖਾਧੇ? ਦੋ। ਫਿਰ ਤਾਂ ਠੀਕ ਆ ਯਾਰ, ਦੋ ਕੇਲੇ ਖਾ ਲਏ। ਮਾਸ਼ਾਅੱਲਾ ਫੁੱਲ ਅੱਛੇ, ਮਾਸ਼ਾਅੱਲਾ ਫੁੱਲ ਸੋਹਣੀ ਚਾਏ ਆ। ਆਪਣੇ ਕੋਲ ਹਮਦਾ ਭਾਈ ਆਏ ਆ ਧੁਆਣਾ ਲੈਣ ਵਾਸਤੇ ਫੁੱਲ ਅੱਛੇ ਵਾਲੇ, ਤੇ ਮੈਂ ਕਿਹਾ ਚਲੋ ਫਿਰ ਨਾ ਇਹਨਾਂ ਨੂੰ ਇੱਥੋਂ ਲੈ ਕੇ ਦਿੰਦੇ। ਤੇ ਇੱਕ ਤੋਲਿਆ ਤੇ 5 ਕਿਲੋ ਹੋਇਆ ਪੌਣ ਸਾਹਿਬ? ਹਾਂਜੀ ਸਰ, 5.5 ਕਿਲੋ ਹੋਇਆ ਵਾ। ਬਹੁਤ ਆ ਇੰਨਾ ਕੁ ਜਾਂ ਹੋਰ ਵੱਡਾ ਕਰਨਾ? ਬਹੁਤ ਆ। ਤੇਰੇ ਕਹਿੰਦੇ ਲੈ ਰਿਹਾ ਮੈਂ, ਤੇਰੇ ਕਹਿੰਦੇ ਆਪਾਂ ਕਰਾਂ ਇਹਨੂੰ ਪੈਸਾ ਦੇ ਦਿੱਤੇ ਹੋਣੀ। ਆਹ ਟੈਨਸ਼ਨ ਵਾਲੀ ਕਿਹੜੀ ਗੱਲ, ਪੈਸਾ ਤਾਂ ਦਿੱਤੇ ਨਾ ਤੁਹਾਨੇ ਖਰੇ ਨੇ। ਪਾੜੋ ਪਾੜੋ, ਬਿਸਮਿਲਾ ਜੀ ਬਿਸਮਿਲਾ। ਕੋਲਾ ਭਲਾ ਤੇ ਕੋਲੀ ਖੈਰ, ਪੂਰੇ ਦਵਾਣੇ ਨੇ ਛੁਰੀ ਫੇਰਤੀ ਸਾਹ ਜੀ ਉਹਨੇ। ਮਾਸ਼ਾਅੱਲਾ 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 ਮਾਸ਼ਾਅੱਲਾ। ਕੀ ਹੋਇਆ ਬੋਲ ਵੀ? ਮੰਡੀ ਦੇ ਵਿੱਚ ਉਸਮਾਨ ਸ਼ਬੀਰ ਸਾਰੀ ਰੌਲਾ ਪੈ ਜਾ। ਮੁਹੱਬਤ ਕਰਕੇ ਕੀ ਰੇਟ ਆ? 250 ਨੀ ਦੇਣਾ ਤੂੰ, ਪੈਸੇ ਦੱਸ ਕਿਹੜੇ ਲੈਣੇ ਆ? 4 ਰੁਪਈਆ 200 ਦੇ ਦੇ ਬਸ। ਅੱਲਾ ਆ ਵੀ ਬੋੜਾ, ਪੈਸਾ ਤੈਨੂੰ ਦੇ ਦਿੱਤੇ 200 ਰੁਪਈਆ। ਉਹ ਬਹਿ ਜਾ ਆਰਾਮ ਨਾਲ, ਪੂਰੀ ਇੱਕ ਢੇਰੀ ਵੇਚਿਆ 150 ਪਾਈ ਦਾ। ਆਇਆ ਤੈਨੂੰ ਮੈਂ ਕੇਲੇ ਦਵਾਂ ਢੇਰੀ ਚੋਂ, 100 ਰੁਪਈਏ ਮੈਂ ਕਰ ਦਿੱਤੇ ਆ, 80 ਰੁਪਈਏ ਵੀ ਕਰ ਦਿੱਤੇ ਆ, 100 ਵਾਲਾ ਤੈਨੂੰ 80 ਰੁਪਏ ਦਰਜਨ ਦੇ ਦੀਏ, 200 ਦੀਆਂ 2.5 ਦਰਜਨਾਂ ਕੇਲਾ ਚੰਗਾ ਦੇ ਦਿੰਦਾ। ਇੱਧਰ ਆ ਨਿਆਣਿਆਂ ਵਾਸਤੇ ਲੈ ਜਾ। ਨਹੀਂ ਗੱਲ ਬੰਦ ਨੂੰ ਮੈਂ ਕਰ ਸਕਦਾ, ਮੈਂ ਤਾਂ ਇਹੀ ਕਰ ਸਕਦਾ 200 ਦੀਆਂ 2.5 ਦਰਜਨਾਂ। ਆ ਪਹਿਲੇ ਵੇਚਿਆ 150 ਰੁਪਈਏ, ਫਿਰ 120 ਰੁਪਈਏ, ਉਹ ਫਿਰ ਮੁੜ ਕੇ 100 ਰੁਪਈਏ, ਫਿਰ 80 ਰੁਪਈਏ ਉਹ ਕਰ ਦਿੱਤਾ। ਆਹ 100 ਰੁਪਏ ਦਰਜਨ, 200 ਦੀਆਂ 2.5 ਦਰਜਨਾਂ। ਉਹ ਕਿਆ ਬਾਤ ਆ, ਮਾਸ਼ਾਅੱਲਾ ਸਾਡੇ ਨਾਲ ਚੰਗਾ ਇਹ ਰਹਿ ਗਿਆ, 6 ਵੇਚ ਕੇ ਘਰ ਨੂੰ ਜਾ ਰਿਹਾ। ਸ਼ਾਬਾ ਜਾ ਕੇ ਰੋਟੀ ਰੂਟੀ ਖਾ ਕੇ ਨਾ ਤਸੱਲਾ ਦੇ ਨਾਲ ਸੌ ਜਾਣਾ ਵਾ।
ਮੋਬਾਈਲ ਨਹੀਂ ਚਲਾਉਣਾ ਹੈ, ਮੋਬਾਈਲ ਮੋਬਾਈਲ ਚਲਾਉਣ ਵਾਲੇ ਬੰਦੇ ਖਰਾਬ ਹੋ ਜਾਂਦੇ ਜੀ ਮੈਂ ਤੁਹਾਨੂੰ ਦੱਸਾਂ। ਲੋ ਜੀ ਪਿਆਰੇ ਦੋਸਤੋ, ਮਾਸ਼ਾਅੱਲਾ ਇੱਧਰ ਦੁਕਾਨ ਆਪਣੀ ਬੰਦ ਹੋਣੀ ਸ਼ੁਰੂ ਹੋ ਗਈ ਹੈ ਤਾਂ ਬੰਦੇ ਲੱਗੇ ਹੋਏ 3, 1, 2, 3 ਤਾਂ ਆਪਾਂ ਜਿਹੜੇ ਇੱਥੇ ਡਿਊਟੀ ਦੇ ਰਹੀਏ ਆਪਾਂ ਇੱਥੋਂ ਜਲਦੀ ਜਲਦੀ ਫਾਰਮ ਹੋ ਜਾਈਏ। ਬਾਅਦ 'ਚ ਮੈਂ ਬੜੀ ਲਾ ਰਿਹਾ ਵਾਂ, ਗੱਲ 5 ਆਵੇ। ਕੇਲਾ ਚੋਰੀ 80 ਰੁਪਏ ਦਰਜਨ, ਕੇਲਾ 100 ਰੁਪਏ ਦਰਜਨ। ਰੈਦ ਕਰਦੇ ਤੇ ਰੈਦ ਕਰਦੇ, ਮੈਂ ਕਿਹਾ ਚਲੀਏ ਘਰ। ਦੁਕਾਨ ਹੋ ਗਈ ਅਲਹਮਦੁਲਿਲਾ ਆਪਣੀ। ਪਿਆਰੇ ਦੋਸਤੋ, ਹੁਣ ਆਪਣੀ ਆ ਕੇ ਵਾਰੀ ਘਰ ਜਾਂਦੇ, ਘਰ ਜਾ ਕੇ ਖਾਣਾ ਖੁਣਾ ਖਾਈਏ। ਦੁਕਾਨ ਅਲਹਮਦੁਲਿਲਾ ਆਪਣੀ ਹੋ ਗਈ, ਕੇਲੇ ਵੀ ਅਲਹਮਦੁਲਿਲਾ ਆਪਣੇ ਵਿਕ ਗਏ ਆ। ਇਸੇ ਤਰ੍ਹਾਂ ਵੀਡੀਓ ਖਤਮ ਕਰਦੇ ਹਾਂ, ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਮਤ ਭੁੱਲੇਗਾ। ਦੁਆਵਾਂ ਯਾਦ ਰੱਖਣਾ, ਅੱਲਾ ਹਾਫਿਜ਼।